ਯੂਪੀ ਦੇ ਲੋਕ ਕਹਿੰਦੇ ਆ ਦੇਖਿਓ ਕਿਤੇ ਯੂਪੀ ਨੂੰ ਪੰਜਾਬ ਨਾ ਬਣਾ ਦੇ ਜਲੰਧਰ ਦੇ ਵਾਸੀ ਜਲੰਧਰ ਪਾਰਲੀਮੈਂਟ ਹਲਕੇ ਦੇ ਵਾਸੀ ਇਸ ਵਾਰ ਬੀਜੇਪੀ ਨੂੰ ਬੜਾ ਵੱਡਾ ਵਿਕਲਪ ਦੇ ਰੂਪ ਚ ਦੇਖ ਰਹੇ ਨੇ ਅਮਰਜੋ ਸਿੰਘ ਸਿੱਧੂ ਦਾ ਚੋਣ ਪ੍ਰਚਾਰ ਚ ਉਤਰਨਾ ਚੁਣੌਤੀ ਹੈ ਕਾਂਗਰਸ ਕਹਿ ਰਹੀ ਹੈ ਕਿ ਭਾਜਪਾ ਤੋਂ ਵੀ ਪੰਜਾਬ ਦੇ ਲੋਕ ਪਹਿਲਾਂ ਹੀ ਅੱਕੇ ਹੋਏ ਸੀ ਕਿਸਾਨ ਅੰਦੋਲਨ ਤੋਂ ਬਾਅਦ ਤੇ ਆਮ ਆਦਮੀ ਪਾਰਟੀ ਕੋ ਜੋ ਕੁਝ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਚ ਹੋ ਗਿਆ ਉਸ ਤੋਂ ਅੱਕੇ ਕਿ ਇਹਦੇ ਵਾਪਸ ਜਿਹੜਾ ਕਾਂਗਰਸ ਆਜ ਪਾ ਦਾ ਹਰ ਕਾਰਜਕਰਤਾ ਹਰ ਲੀਡਰ ਪਿੰਡ ਪਿੰਡ ਸ਼ਹਿਰ ਸ਼ਹਿਰ ਮੰਡਲ ਮੰਡਲ ਪਹੁੰਚ ਰਿਹਾ ਹੈ ਸਤਿ ਸ਼੍ਰੀ ਅਕਾਲ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਦਸਟੇ ਟੀਵੀ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਗਗਨਦੀਪ ਸਿੰਘ ਜਲੰਧਰ ਦੀ ਜਿਮਨੀ ਚੌਣ ਦਾ ਅਖਾੜਾ ਪਖਿਆ ਹੋਇਆ ਹੈ ਇਸ ਜਿਮਨੀ ਚੌਣ ਦੇ ਵਿੱਚ ਜਿਹੜਾ ਮੁਕਾਬਲਾ ਹੈ ਉਹ ਬਹੁਤ ਫਸਮਾ ਨਜ਼ਰ ਆ ਰਿਹਾ ਹੈ ਕਿਉਂਕਿ ਜਦੋਂ ਪੰਜਾਬ ਦੇ ਵਿੱਚ ਚੋਣਾਂ ਹੁੰਦੀਆਂ ਨੇ ਇੱਕ ਤੋਂ ਇੱਕ ਸਾਲ ਪਹਿਲਾਂ ਤੇ ਉਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ 99 ਸੀਟਾਂ ਲੈ ਕੇ ਜਾਂਦੀ ਹੈ ਪਰ ਉਸ ਤੋਂ ਬਾਅਦ ਸੰਗਰੂਰ ਦੀ ਜਿਮਨੀ ਚੌਣ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਤ ਵੱਡੀ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਉਸ ਜਿਮਨੀ ਚੋਂ ਬਾਅਦ ਹੁਣੇ ਦੂਜੀ ਜਿਹੜੀ ਜਿਮਨੀ ਚੋਂ ਆ ਆਮ ਆਦਮੀ ਪਾਰਟੀ ਦੇ ਅੱਗੇ ਚੁਣੌਤੀ ਬਣ ਕੇ ਖੜੀ ਐ ਇਸ ਦੇ ਵਿੱਚ ਬੀਜੇਪੀ ਇੱਕ ਵੱਡੀ ਸਟਰੈਟਜੀ ਦੇ ਨਾਲ ਉੱਤਰ ਹੀ ਐ ਬੀਜੇਪੀ ਦੀ ਜਿਹੜੀ ਕੋਰ ਲੀਡਰਸ਼ਿਪ ਐ ਉਹ ਸਾਰੀ ਹੀ ਜਲੰਧਰ ਦੇ ਵਿੱਚ ਐ ਸੋ ਇਸ ਸਾਰੀ ਗੱਲਬਾਤ ਦੇ ਲਈ ਸਾਡੇ ਨਾਲ ਅੰਕਿਤ ਬੰਸਲ ਜੀ ਮੌਜੂਦ ਨੇ ਬੰਸਲ ਜੀ ਸਵਾਗਤ ਹੈ ਜੀ ਧੰਨਵਾਦ ਦਾ ਸਟੇਟ ਟੀਵੀ ਦੇ ਸਾਰੇ ਹੀ ਦਰਸ਼ਕਾਂ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਜਿਹੜੇ ਤੁਸੀਂ ਮੌਕਾ ਦਿੱਤਾ ਉਹਨਾਂ ਦੇ ਦਰਸ਼ਨ ਕਰਨ ਦਾ ਉਹਨਾਂ ਨੂੰ ਆਪਦੇ ਵਿਚਾਰ ਦੱਸਣ ਦਾ ਬੰਸਲ ਜੀ ਜੋ ਮੌਜੂਦਾ ਹਾਲਾਤ ਦੇਖ ਰਹੇ ਹੋ ਤੁਸੀਂ ਫੀਲਡ 'ਚ ਜਾ ਰਹੇ ਹੋ ਆਮ ਆਦਮੀ ਪਾਰਟੀ ਕਹਿੰਦੀ ਕਿ ਇੱਥੋਂ ਜਿੱਤ ਲੈਣਾ ਸਾਡੇ ਲਈ ਬਹੁਤ ਸੌਖਾ ਹੈ ਹਾਲਾਂਕਿ ਉਹ ਸੰਗਰੂਰ ਦੇ ਲਈ ਵੀ ਇਹ ਗੱਲ ਕਹਿੰਦੇ ਸੀ ਕਿ ਸਾਡੇ ਜਿਹੜੀ ਰਾਜਸਤਾਨੀ ਆ ਸੰਗਰੂਰ ਲੱਗਦਾ ਹੈ ਕਿ ਇੱਥੋਂ ਟੱਕਰ ਬਹੁਤ ਵੱਡੀ ਦੌਂਗੇ ਆਮ ਆਦਮੀ ਪਾਰਟੀ ਜਿਹੜੀ ਅਗਲੇ ਮਹੀਨੇ 10 ਮਈ ਨੂੰ ਜਲੰਧਰ ਬਾਈ ਇਲੈਕਸ਼ਨ ਦੀ VOTING ਹੋਣੀ ਹੈ ਮੈਨੂੰ ਗਰਾਊਂਡ ਲੈਵਲ ਤੇ ਵਿਚਰ ਕੇ ਇਹ ਲੱਗ ਰਿਹਾ ਹੈ ਕਿ ਪੰਜਾਬ ਜਲੰਧਰ ਦੇ ਵਾਸੀ ਜਲੰਧਰ ਪਾਰਲੀਮੈਂਟ ਹਲਕੇ ਦੇ ਵਾਸੀ ਇਸ ਵਾਰ ਭਾਜਪਾ ਨੂੰ ਬੜਾ ਵੱਡਾ ਵਿਕਲਪ ਦੇ ਰੂਪ ਚ ਦੇਖ ਰਹੇ ਨੇ ਉਹਨਾਂ ਨੇ ਉਹ ਦੇਖ ਰਹੇ ਨੇ ਕਿ ਜਿਵੇਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀਆਂ ਲੋਕਪੱਖੀ ਨੀਤੀਆਂ ਨੂੰ ਉਹਨਾਂ ਤੇ ਵਿਚਾਰ ਕਰ ਰਹੇ ਨੇ ਉਹਨਾਂ ਬੜੇ ਆਸਵੰਦ ਨੇ ਉਹ ਯੂਪੀ ਦੇ ਵਿੱਚ ਯੂਪੀ ਦੇ ਮੁੱਖ ਮੰਤਰੀ ਦੀ ਜਿਹੜੀ ਲਾ ਐਂਡ ਆਰਡਰ ਆਰਡਰ ਦੀ ਸਿਚੁਏਸ਼ਨ ਜਿਵੇਂ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਪੰਜਾਬ ਨੂੰ ਦੇਖਿਓ ਕਿਤੇ ਯੂਪੀ ਨਾ ਬਣਾ ਦਿਓ ਹੁਣ ਯੂਪੀ ਦੇ ਲੋਕ ਕਹਿੰਦੇ ਆ ਦੇਖਿਓ ਕਿਤੇ ਯੂਪੀ ਨੂੰ ਪੰਜਾਬ ਨਾ ਬਣਾ ਦਿਓ ਮਤਲਬ ਤੁਸੀਂ ਦੇਖੋ ਕਿੰਨਾ ਕੰਪੈਰੀਜ਼ਨ ਹੋ ਗਿਆ ਤੇ ਜਲੰਧਰ ਦੇ ਵਾਸੀ ਜਲੰਧਰ ਦੇ ਲੋਕ ਬੀਜੇਪੀ ਨੂੰ ਇਸ ਵਾਰ ਮੇਰੇ ਜਿੰਨਾ ਮੈਂ ਗਰਾਊਂਡ ਲੈਵਲ ਤੇ ਵਿਚਰੇ ਬੜਾ ਵੱਡਾ ਵੋਟ ਪਰਸੈਂਟੇਜ ਦੇਣਗੇ ਅੰਕਿਤ ਜਿਸ ਤਰ੍ਹਾਂ ਦੇ ਨਾਲ ਇਹ ਕਾਂਗਰਸ ਦੀ ਸੀਟ ਕਹੀ ਜਾਂਦੀ ਹੈ ਕਹਿੰਦੇ ਕਿਸ ਕਾਂਗਰਸ ਦੀ ਜੱਦੀ ਪੁਸ਼ਤੀ ਸੀਟ ਹੈ ਜਿਹੜੀ ਖਾਸ ਤੌਰ ਦੇ ਤੇ ਜਲੰਧਰ ਹੈ ਲੱਗਦਾ ਕਿ ਇਥੋਂ ਜਿਸ ਹਿਸਾਬ ਦੇ ਨਾਲ ਚੌਧਰੀ ਤੇ ਪਤਨੀ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ ਉਹਨਾਂ ਨੂੰ ਹਰਾ ਸਕੂਗੀ ਹਰਾ ਸਕੂਗੀ ਕਿ ਬੀਜੇਪੀ ਕਿਉਂਕਿ ਕਾਂਗਰਸ ਕਹਿ ਰਹੀ ਹੈ ਕਿ ਬੀਜੇਪੀ ਤੋ ਵੀ ਪੰਜਾਬ ਦੇ ਲੋਕ ਪਹਿਲਾਂ ਹੀ ਅੱਕੇ ਹੋਏ ਸੀ ਕਿਸਾਨ ਅੰਦੋਲਨ ਤੋਂ ਬਾਅਦ ਤੇ ਆਮ ਆਦਮੀ ਪਾਰਟੀ ਤੋਂ ਜੋ ਕੁਝ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਚ ਹੋ ਗਿਆ ਉਸ ਤੋਂ ਅੱਕ ਗਏ ਕਹਿੰਦੇ ਵਾਪਸ ਜਿਹੜਾ ਕਾਂਗਰਸ ਦੇ ਵੱਲ ਹੋਣਗੇ ਦੇਖੋ ਆਪਾਂ ਕਾਂਗਰਸ ਜੋ ਮਰਜੀ ਕਈ ਜਾਵੇ ਆਮ ਆਦਮੀ ਜੋ ਮਰਜੀ ਕਈ ਜਾਵੇ ਪੰਜਾਬ ਭਾਜਪਾ ਦੀ ਲੀਡਰਸ਼ਿਪ ਆਪਣੇ ਜਿਹੜੇ ਨਰਿੰਦਰ ਮੋਦੀ ਜੀ ਦੇ ਕੰਮ ਨੇ ਉਹਨਾਂ ਨੂੰ ਦੱਸਿਆ ਜਾ ਰਿਹਾ ਪੰਜਾਬ ਦੇ ਵਿੱਚ ਜਲੰਧਰ ਦੇ ਵਿੱਚ ਪਲੱਸ ਜੇ ਕਹੇ ਕਿ ਕਿਸਾਨੀ ਅੰਦੋਲਨ ਤਾਂ ਇੱਕ ਸੀਗਾ ਤੇ ਉਸ ਤੋਂ ਬਾਅਦ ਕਿਸਾਨੀ ਅੰਦੋਲਨ ਤੋਂ ਬਾਅਦ ਪ੍ਰਧਾਨ ਮੰਤਰੀ ਸਾਹਿਬ ਨੇ ਬੜਾ ਵੱਡਾ ਦਿਲ ਕਰਕੇ ਉਹਨਾਂ ਨੇ ਸਾਰੀਆਂ ਉਹ ਗੱਲਾਂ ਨੂੰ ਉਹਨਾਂ ਦੀ ਜੋ ਵੀ ਕਿਸਾਨੀ ਅੰਦੋਲਨ ਸੀ ਉਹਨਾਂ ਨੇ ਮਤਲਬ ਪਹਿਲੀ ਵਾਰ ਹੋਇਆ ਹੈ ਦੇਸ਼ ਦੀ ਹਿਸਟਰੀ 'ਚ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਸਮੁਦਾਇ ਤੋਂ ਮਾਫੀ ਮੰਗੀ ਕਿ ਭਈ ਜੋ ਵੀ ਹੋਇਆ ਮੈਂ ਤੁਹਾਨੂੰ ਸਮਝਾਉਣ ਚ ਉਹਨਾ ਕਾਮਯਾਬ ਨਹੀਂ ਹੋ ਸਕਿਆ ਤਾਂ ਇਸ ਕਰਕੇ ਕਿਸਾਨੀ ਅੰਦੋਲਨ ਦਾ ਮੈਨੂੰ ਨਹੀਂ ਲੱਗਦਾ ਏਸ ਇਸ਼ੂ ਇਸ ਇਲੈਕਸ਼ਨ ਦੇ ਵਿੱਚ ਕੋਈ ਇਸ਼ੂ ਹੋਏਗਾ ਮੇਰੇ ਹਿਸਾਬ ਨਾਲ ਭਾਜਪਾ ਨੂੰ ਬੜਾ ਵਧੀਆ ਤੇ ਗੁੱਡ ਅਸੀਂ ਪੂਰੇ ਦਮਖਮ ਨਾਲ ਇਸ ਇਲੈਕਸ਼ਨ ਦੇ ਵਿੱਚ ਉਤਰੇ ਆਂ ਤੇ ਬੜੇ ਦਮਖਮ ਨਾਲ ਅਸੀਂ ਇਸ ਇਲੈਕਸ਼ਨ ਦੇ ਵਿੱਚ ਵਿਜੇ ਹੋਵਾਂਗੇ ਅਨਕੀ ਜੀ ਸਵਾਲ ਜਿਹੜਾ ਸੰਗਰੂਰ ਤੋਂ ਲੈ ਕੇ ਮੈਂ ਇੱਥੇ ਲੈ ਕੇ ਆਇਆ ਸੀ ਕਾਰਨ ਇਹ ਸੀ ਕਿ ਸੰਗਰੂਰ ਦੇ ਵਿੱਚ ਇੰਨੇ ਵੱਡੇ ਪੱਧਰ ਤੇ ਲੀਡਰਸ਼ਿਪ ਨਹੀਂ ਧਾਰੀ ਗਈ ਸੀ ਤੁਹਾਡੇ ਵੱਲੋਂ ਖਾਸ ਤੌਰ ਦੇ ਤੇ ਬੀਜੇਪੀ ਦੇ ਵੱਲੋਂ ਬੀਜੇਪੀ ਨੇ ਬੜੇ ਸੌਫਟ ਤਰੀਕੇ ਦੇ ਨਾਲ ਇਲੈਕਸ਼ਨ ਲੜਿਆ ਸੀ ਸੰਗਰੂਰ ਵਾਲਾ ਪਰ ਜਿਸ ਤਰ੍ਹਾਂ ਦੇ ਨਾਲ ਇੱਥੇ ਤੁਸੀਂ ਅਟੈਕਿੰਗ ਵੇ ਦੇ ਵਿੱਚ ਉਤਰੇ ਹੋ ਤੁਹਾਡੀ ਪੂਰੀ ਲੀਡਰਸ਼ਿਪ ਅਟੈਕਿੰਗ ਵੇ ਦੇ ਵਿੱਚ ਕਿਉਂਕਿ ਸਾਰੀ ਲੀਡਰਸ਼ਿਪ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਬੀਜੇਪੀ ਦੀ ਉਹ ਸਾਰੀ ਜਲੰਧਰ ਦੇ ਵਿੱਚ ਹੈ ਕੋਈ ਵੱਖਰਾ ਰੂਟ ਪਲਾਨ ਲੈ ਕੇ ਚੱਲਿਓ ਜਲੰਧਰ ਤੇ ਲਈ ਕੋਈ ਵੱਖਰੀ ਚ ਪਾਜੀ ਬੀਜੇਪ ਚੁਣੌਤੀ ਹੈ ਜਲੰਧਰ ਦੀ ਬੀਜੇਪ ਦਾ ਇੱਕ ਇਤਿਹਾਸ ਹੈ ਇੱਕ ਸਰਪੰਚ ਇੱਕ ਪਿੰਡ ਲੈਵਲ ਦੀ ਇਲੈਕਸ਼ਨ ਤੋਂ ਲੈ ਕੇ ਪਾਰਲੀਮੈਂਟ ਲੈਵਲ ਦੀ ਇਲੈਕਸ਼ਨ ਦੇ ਵਿੱਚ ਉਹ ਪੂਰੇ ਦਮ ਖਾਮ ਨਾਲ ਪੂਰੇ ਕਾਰਜਕਰਤਾ ਦੇ ਵਿਸ਼ਵਾਸ ਦੇ ਨਾਲ ਕਾਰਜਕਰਤਾ ਦੇ ਵਿੱਚ ਜੋਸ਼ ਦੇ ਨਾਲ ਉਤਰਦੀ ਹੈ ਔਰ ਉਹ ਹਰ ਇਲੈਕਸ਼ਨ ਨੂੰ ਇੱਕ ਚੁਣੌਤੀ ਦੇ ਤੌਰ ਤੇ ਲੈਂਦੀ ਹੈ ਤੇ ਇਸ ਇਲੈਕਸ਼ਨ ਦੇ ਵਿੱਚ ਵੀ ਸਾਡੇ ਪੰਜਾਬ ਦੇ ਮਾਨਯੋਗ ਪ੍ਰਧਾਨ ਅਸ਼ਵਨੀ ਸ਼ਰਮਾ ਜੀ ਦੀ ਅਗਵਾਈ ਦੇ ਵਿੱਚ ਸਾਰੀ ਦੀ ਸਾਰੀ ਲੀਡਰਸ਼ਿਪ ਸੰਗਰੂਰ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਉਤਰੀ ਸੀਗੀ ਸਾਰੀ ਲੀਡਰਸ਼ਿਪ ਉਦੋਂ ਉੱਥੋਂ ਕੈਂਡੀਡੇਟ ਸੀਗੇ ਸਰਦਾਰ ਕੇਵਲ ਸਿੰਘ ਢਿੱਲੋਂ ਸਾਹਿਬ ਤੇ ਹੁਣ ਕੈਂਡੀਡੇਟ ਨੇ ਸਰਦਾਰ ਇੰਦਰ ਇਕਬਾਲ ਸਿੰਘ ਜੀ ạtਵਾਲ ਸਾਹਿਬ ਉਹਨਾਂ ਦੇ ਪੱਖ ਦੇ ਵਿੱਚ ਭਾਜਪਾ ਭਾਜਪਾ ਦਾ ਹਰ ਕਾਰਜਕਰਤਾ ਹਰ ਲੀਡਰ ਪਿੰਡ ਪਿੰਡ ਸ਼ਹਿਰ ਸ਼ਹਿਰ ਮੰਡਲ ਮੰਡਲ ਪਹੁੰਚ ਰਿਹਾ ਹੈ ਲੋਕਾਂ ਦੇ ਵਿੱਚ ਅਪੀਲ ਕਰ ਰਿਹਾ ਹੈ ਭਾਜਪਾ ਦੇ ਵਿੱਚ ਭਾਜਪਾ ਲਈ ਕਾਰਜਕਰਤਾ ਪਾਰਟ ਕੋ ਚੁਣੌਤੀ ਕਿਨੂੰ ਮੰਨ ਰਹੀ ਹੈ ਭਾਜਪਾ ਨੇ ਕਦੇ ਭਾਜਪਾ ਲਈ ਕੋਈ ਚੁਣੌਤਾ ਨਹੀਂ ਚੁਣੌਤੀ ਨਹੀਂ ਹੈ ਭਾਜਪਾ ਹਮੇਸ਼ਾ ਹੀ ਆਪ ਦੇ ਕੰਮਾਂ ਦੇ ਆਧਾਰ ਤੇ ਇਲੈਕਸ਼ਨ ਦੇ ਵਿੱਚ ਉਤਰਦੀ ਹੈ ਉਹ ਕਦੇ ਵੀ ਕਿਸੇ ਵੀ ਪਾਰਟੀ ਨੂੰ ਚੁਣੌਤੀ ਨਹੀਂ ਇਲੈਕਸ਼ਨ ਦੇ ਵਿੱਚ ਤੁਹਾਨੂੰ ਅਦਰਵਾਈਜ਼ ਇਲੈਕਸ਼ਨ ਦੇ ਵਿੱਚ ਤੁਹਾਨੂੰ ਕਿਸੇ ਵੀ ਪਾਰਟੀ ਨੂੰ ਲਾਈਟਲੀ ਨਹੀਂ ਲੈਂਦੇ ਭਾਜਪਾ ਦੀ ਇਹ ਬੜੀ ਵੱਡੀ ਬਿਊਟੀ ਹੈ ਕਿ ਉਹ ਕਦੇ ਵੀ ਕਿਸੇ ਵੀ ਪਾਰਟੀ ਨੂੰ ਲਾਈਟਲੀ ਨਹੀਂ ਲੈਂਦੀ ਉਹ ਆਪ ਦੇ ਦਮ ਖਾਮ ਦੇ ਨਾਲ ਉਤਰਦੀ ਹੈ ਤੇ ਆਪ ਦੇ ਕੰਮ ਕਮਾ ਬਾਰੇ ਦੱਸਦੀ ਹੈ ਨਵਜੋਤ ਸਿੰਘ ਸਿੱਧੂ ਦਾ ਚੋਣ ਪ੍ਰਚਾਰ ਚ ਉਤਰਨਾ ਚੁਣੌਤੀ ਹੈ ਤੁਹਾਡੇ ਲਈ ਪਾਜੀ ਹਰ ਪਾਰਟੀ ਨੇ ਆਪ ਦੇ ਆਪ ਦੇ ਲੀਡਰਸ ਨੂੰ ਉਤਾਰਨਾ ਹੁੰਦਾ ਹੈ ਨਵਜੋਤ ਸਿੱਧੂ ਸਾਹਿਬ ਬੜੇ ਸਨਮਾਨਯੋਗ ਲੀਡਰ ਨੇ ਤੇ ਉਹਨਾਂ ਨੇ ਉਹਨਾਂ ਨੇ ਆਪਦੀ ਪਾਰਟੀ ਲਈ ਕੰਮ ਕਰਨਾ ਹੈ ਸਾਡੀ ਪਾਰਟੀ ਤੇ ਲੀਡਰ ਸਾਡੀ ਪਾਰਟੀ ਦੇ ਲਈ ਕੰਮ ਕਰ ਰਹੇ ਨੇ ਆਪਣੀ ਪਾਰਟੀ ਦੇ ਲਈ ਕੰਮ ਕਰ ਰਹੇ ਨੇ ਸਾਰੇ ਕਾਰਜਕਰਤਾ ਭਾਜਪਾ ਲਈ ਕੰਮ ਕਰ ਰਹੇ ਨੇ ਤੇ ਕੋਈ ਕਿਸੇ ਕੋਈ ਵੀ ਲੀਡਰ ਕਿਸੇ ਪਾਰਟੀ ਲਈ ਕੋਈ ਚੁਣੌਤੀ ਨਹੀਂ ਪੰਜਾਬ ਦੇ ਜੇ ਕੇਐਮਐਲ ਦੇ ਜਿਹੜੇ ਪਿਤਾ ਨੇ ਉਹ ਰਿਸ਼ਵਤ ਲੈਦੇ ਅरेस्ट ਕੀਤੇ ਗਏ ਨੇ ਪੰਜਾਬ ਦੀ ਪੁਲਿਸ ਦੇ ਵੱਲੋਂ ਦੇਖੋ ਪਾਜੀ ਇਹਦੇ ਵਿੱਚ ਅੱਜ ਅरेस्ट ਹੋਏ ਨੇ ਜੋ ਇਹ ਜੇ ਕਿਤੇ ਉਹਨਾਂ ਦੀ ਕੋਈ ਗਲਤੀ ਹੈ ਤੇ ਪੰਜਾਬ ਪੁਲਿਸ ਨੇ ਅਰੈਸਟ ਕੀਤਾ ਹੈ ਤੇ ਉਹ ਵਧਾਈ ਦੀ ਪਾਤਰ ਹੈ ਕਿ ਪੰਜਾਬ ਪੁਲਿਸ ਪੰਜਾਬ ਪੁਲਿਸ ਨੇ ਹਮੇਸ਼ਾ ਹੀ ਜਿਹੜੇ ਵੀ ਕੰਮ ਨੇ ਬੜੇ ਹੀ ਬਖੂਬੀ ਨਾਲ ਕੀਤੇ ਨੇ ਪੰਜਾਬ ਦੇ ਵਿੱਚ ਅੱਜ ਅਮਨ ਸੁਰੱਖਿਆ ਕਾਇਮ ਹੈ ਜੇ ਪੰਜਾਬ ਦੇ ਵਿੱਚ ਤਾਂ ਪੰਜਾਬ ਪੁਲਿਸ ਦੀ ਬੜੀ ਵੱਡੀ ਉਹਦੇ ਵਿੱਚ ਭੂਮਿਕਾ ਰਹਿੰਦੀ ਹੈ ਪੰਜਾਬ ਪੁਲਿਸ ਦੇ ਕਲਾ ਕਲਾ ਮੁਲਾਜ਼ਮ ਉਹਦੇ ਲਈ ਕੰਮ ਕਰਦੇ ਤੇ ਉਹਦੇ ਵਿੱਚ ਅੱਗੇ ਹੁਣ ਜੋ ਵੀ ਜਾਂਚ ਦੇ ਵਿੱਚ ਹੋਊਗਾ ਉਹ ਆਪਣੇ ਸਾਰਿਆਂ ਦੇ ਸਾਹਮਣੇ ਆਉਣਾ ਸੋ ਏਸਨ ਅੰਕਿਤ ਬੰਸਲ ਸਾਡੇ ਨਾਲ ਜੋ ਕੈਪਟਨ ਅਮਰਿੰਦਰ ਸਿੰਘ ਜੋ ਸਾਬਕਾ ਮੁੱਖ ਮੰਤਰੀ ਪੰਜਾਬ ਨੇ ਉਹਨਾਂ ਦੇ ਉਸਟੀ ਰਹੇ ਨੇ ਸੋ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਕਿਉਂਕਿ ਬੀਜੇਪੀ ਜਿਸ ਤਰ੍ਹਾਂ ਦੇ ਨਾਲ ਜਿਸ ਪਲੈਨਿੰਗ ਦੇ ਨਾਲ ਜਿਸ ਸਟ੍ਰੈਟੇਜੀ ਦੇ ਨਾਲ ਜਲੰਧਰ ਦੀ ਚਿਮਨੀ ਚੋਣ ਦੇ ਵਿੱਚ ਉੱਤਰਈ ਹੈ ਇਸ ਤੋਂ ਇਹ ਸਾਫ ਹੈ ਕਿ ਅੱਡੀ ਚੋਟੀ ਦਾ ਜੋਰ ਸਾਰੀਆਂ ਤਰ੍ਹਾਂ ਦਾ ਇਥੋਂ ਜਿਹੜਾ ਲੱਗਣ ਜਾ ਰਿਹਾ ਹੈ ਤੇ 10 ਤਰੀਕ ਨੂੰ ਜਲੰਧਰ ਲੋਕੀ ਕਸਤੀ ਜਿਹੜਾ ਝੂਲੀ ਚ ਫੱਟਾ ਪਾਉਂਦੇ ਨੇ ਜਲੰਧਰ ਲੋਕਾਂ ਦੇ ਮਨਾਂ ਦੇ ਵਿੱਚ ਹਜੇ ਤੱਕ ਬਣੀਆਂ ਹੋਈਆਂ ਸਾਰੀਆਂ ਸਵਾਲ ਨੇ ਫਿਲਹਾਲ ਤੇ ਅਲੀ ਜ਼ਾਸਤ ਲਵਾਂਗੇ ਬੰਸਲ ਜੀ ਬਹੁਤ ਬ ਬਹੁਤ ਬਹੁਤ ਧੰਨਵਾਦ